ਓਸ਼ੋ ਦੇ ਲੈਕਚਰ ਕਬੀਰ ਕਹਿੰਦੇ ਹਨ ਕਿ ਜਿਹੜੇ ਜਿਉਂਦੇ ਜੀ ਮਰਨ ਦੀ ਕਲਾ ਜਾਣਦਾ ਹੈ ਉਹੀ ਕੇਵਲ ਪਰਮਾਤਮਾ ਨੂੰ ਉਪਲਬਧ ਹੈ ਮਰਦੇ ਤਾਂ ਸਾਰੇ ਹੀ ਹਨ ਮਰਨ ਵੇਲੇ ਸੰਨਿਆਸੀ ਉਹੀ ਹੈ ਜਿਹੜਾ ਮਰਨ ਤੋਂ ਵੀ ਪਹਿਲੇ ਮਰ ਜਾਂਦਾ ਹੈ ਤੇ ਕਹਿ ਦਿੰਦਾ ਹੈ ਕਿ ਇਸ ਜੀਵਨ 'ਚ ਕੋਈ ਸਾਰ ਨਹੀਂ ਇਸ ਜੀਵਨ ਲਈ ਮੈਂ ਮਰਿਆ ਹੋਇਆ ਹਾਂ ਮੈਂ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਦਾ ਹਾਂ ਤੇ ਇੱਕ ਨਵੇਂ ਪ੍ਰਕਾਸ਼ ਪਥ ਦੀ ਯਾਤਰਾ ਬਾਰ ਲੱਭ ਕੇ ਵੇਖ ਲਿਆ ਕੁਝ ਨਹੀਂ ਪਾਇਆ ਆਪਣੇ ਮਨ ਦੇ ਭਰਮ ਜਾਲ ਸਨ ਆਪਣੇ ਮਨ ਦਾ ਫੈਲਾਉ ਸੀ ਹੁਣ ਖਿਲਾਰਾ ਵਾਪਸ ਸمیٹ ਲਾਂਦਾ ਹਾਂ ਜਾਲ ਝੁਕ ਲੈਣਾ ਹੁਣ ਅੰਦਰਲੀ ਯਾਤਰਾ ਤੇ ਟੁਰਦਾ ਹਾਂ ਅੰਤਰ ਯਾਤਰਾ ਨਿਰਨੇ ਹੈ ਸਾਹਸਾ ਬਾਹਰਲੇ ਪਾਸੇ ਤਾਂ ਸਾਰੇ ਜਾਂਦੇ ਐ ਅੰਦਰਲੇ ਪਾਸੇ ਕੋਈ ਸੂਰਬੀਰ ਬਾਹਰ ਵਾਲ ਤਾਂ ਪਸ਼ੂ ਵੀ ਜਾਂਦੇ ਐ ਪੌਦੇ ਵੀ ਜਾਂਦੇ ਐ ਤੁਹਾਡਾ ਕੁਝ ਗੁਣ ਗੌਰਵ ਨਹੀਂ ਐ ਕਿ ਤੁਸੀਂ ਬਾਹਰ ਵਾਲ ਜਾਂਦੇ ਐ ਅੰਦਰਲੇ ਪਾਸੇ ਨਾ ਪਸ਼ੂ ਜਾਂਦੇ ਆ ਨਾ ਪੰਛੀ ਨਾ ਪੌਦੇ ਖਾਲੀ ਮਨੁੱਖ ਜਾ ਸਕਦਾ ਹੈ ਸਾਰੇ ਮਨੁੱਖ ਨਹੀਂ ਜਾਂਦੇ ਕੋਈ ਸੂਰਬੀਰ ਜਾ ਸਕਦਾ ਹੈ ਅੰਤਰ ਯਾਤਰਾ ਸਭ ਤੋਂ ਔਖੀ ਯਾਤਰਾ ਹੈ ਚੰਨ ਤੇ ਪੁੱਜਣਾ ਆਸਾਨ ਹੈ ਕਿਉਂਕਿ ਉਹ ਵੀ ਬਾਹਰ ਦੀ ਯਾਤਰਾ ਹੈ ਗौरी शंकर ਚੜ ਜਾਣਾ ਆਸਾਨ ਹੈ ਕਿਉਂਕਿ ਉਹ ਵੀ ਬਾਹਰ ਦੀ ਯਾਤਰਾ ਹੈ ਆਪਣੇ ਅੰਦਰ ਆ ਜਾਣਾ ਸਭ ਤੋਂ ਔਖੀ ਯਾਤਰਾ ਹੈ ਕਿਉਂਕਿ ਉਹ ਸੰਦਰ ਆਉਣ ਵਿੱਚ ਤੁਹਾਨੂੰ ਆਪਣੇ ਜਨਮ ਜਨਮਾਂ ਦੀਆਂ ਆਦਤਾਂ ਦੇ ਜਾਲ ਤੋੜਨੇ ਪੈਣਗੇ ਜਨਮ ਜਨਮਾਂ ਦੇ ਸੁਆਦ ਵਿਅਰਥ ਥਣ ਅਜੇ ਆ ਜਾਣਨ ਦੀ ਸ਼ਕਤੀ ਇਕੱਠੀ ਕਰਨੀ ਪਵੇਗੀ ਤੇ ਹੁਣ ਤੱਕ ਤੁਸੀਂ ਜੋ ਵੀ ਕੀਤਾ ਸੁਪਨਾ ਸੀ ਇਹਨੂੰ ਝੱਲ ਲੈਣ ਦੀ ਹਿੰਮਤ ਵੱਡੀ ਤੋਂ ਵੱਡੀ ਹਿੰਮਤ ਹੈ ਮੈਂ ਹੁਣ ਤੱਕ ਗਲਤ ਸੀ ਜਨਮ ਜਨਮਾਂ ਤੱਕ ਗਲਤ ਰਿਹਾ ਅਜਿਹੀ ਜੀ ਦੀ ਪ੍ਰਤੀ ਡੂੰਗੀ ਹੋ ਜਾਂਦੀ ਹੈ ਉਹਦੇ ਜੀਵਨ ਚ ਸਹੀ ਦੀ ਸ਼ੁਰੂਆਤ ਹੋ ਜਾਂਦੀ ਹੈ ਸੱਤੇ ਵੱਲ ਪਹਿਲਾ ਕਦਮ ਉਠਿਆ ਜਿਨੇ ਜਾਣ ਲਿਆ ਕਿ ਮੈਂ ਅਗਿਆਨੀ ਆ ਉਹਨੇ ਗਿਆਨ ਦੇ ਮੰਦਰ ਵੱਲ ਪਹਿਲਾ ਕਦਮ ਚੁੱਕ ਲਿਆ ਇੱਕ ਕਨ ਕਰੂ ਕਾਮਨੀ ਜਗ ਮੇ ਦੋਈ ਫੰਦਾ ਜਗ ਮੇ ਦੋਈ ਫੰਦਾ ਲੋਭ ਤੇ ਕਾਮ ਜਗ ਮੇ ਦੋਈ ਫੰਦਾ ਇਨ ਪੈ ਜੋ ਨਾ ਬੰਧਾ ਵਈ ਤਾ ਕਾ ਮੈਂ ਬੰਦਾ ਕਬੀਰ ਕਹਿੰਦੇ ਮੈਂ ਉਹਦੇ ਪੈਰ ਦਬਾਵਾਂ ਜਿਹੜਾ ਇਹਨਾਂ ਦੋ ਵਿੱਚ ਨਾ ਵੱਜੇ ਮੈਂ ਉਹਦਾ ਬੰਦਾ ਹਾਂ ਦੇ ਤਰੈ ਇਨ ਮਾਹੇ ਬਾਸ ਕੋ ਕੈਸੇ ਛੁੱਟੇ ਸਵਾਲ ਇਹ ਹੈ ਕਿ ਦੇਹ ਚ ਰਹਦੇ ਹੋਏ ਦੇਹ ਚ ਵਸਦੇ ਹੋਏ ਇਹਨਾਂ ਤੋਂ ਕਿਵੇਂ ਸੰਬੰਧ ਛੁੱਟੇ ਲੋਭ ਕਾਮ ਇਹ ਬਹੁਤ ਗਹਿਰਾ ਹੈ ਕਿਉਂਕਿ ਦੇਹ ਚ ਅਸੀਂ ਹਾਂ ਇਸੇ ਲਈ ਅਤੀਤ ਚ ਅਸੀਂ ਕਾਮਨਾ ਕੀਤੀ ਜਨਮਾਂ ਜਨਮਾਂ ਤੱਕ ਅਸੀਂ ਕਾਮ ਵਾਸਨਾ ਇਕੱਠੀ ਕੀਤੀ ਉਹਦੇ ਕਾਰਨ ਹੀ ਅਸੀਂ ਦੇਹ ਵਿੱਚ ਹਾਂ ਇਸੇ ਲਈ ਤਾਂ ਗਿਆਨੀ ਨੂੰ ਫਿਰ ਦੇਹ ਨਹੀਂ ਹੈ ਉਦਾ ਪੁਨਰ ਆਗਮਨ ਖਤਮ ਹੈ ਉਦਾ ਆਉਣਾ ਜਾਣਾ ਬੰਦ ਅਸੀਂ ਦੇ ਚਾਹਿਆਂ ਇਸ ਲਈ ਕਿ ਅਸੀਂ ਨਾ ਮعلوم ਕਿੰਨੀ ਵਾਸਨਾ ਇਕੱਠੀ ਕੀਤੀ ਹੈ ਅਸੀਂ ਦੇ ਨੂੰ ਚਾਹਿਆ ਮਰਨ ਵੇਲੇ ਵੀ ਆਦਮੀ ਚਾਹੁੰਦਾ ਹੈ ਹੋਰ ਦੋ ਘੜੀਆਂ ਰੁਕ ਜਾਵਾ ਮਰਨ ਵੇਲੇ ਵੀ ਨਵੇਂ ਜਨਮ ਦੀ ਇੱਛਾ ਰਹਿੰਦੀ ਹੈ ਫੇਰ ਜਨਮ ਜਨਮ ਦੀ ਖੁਆਇਸ਼ ਰਹਿੰਦੀ ਹੈ ਫੇਰ ਜਨਮ ਪਾਲਵਾ ਉਹੀ ਖੁਆਇਸ਼ ਨਵੇਂ ਜਨਮ ਚ ਲੈ ਆਉਂਦੀ ਹੈ ਨਵੀਂ ਦੇਹ ਚ ਲੈ ਆਉਂਦੀ ਹੈ ਕਾਮ ਦੇ ਕਾਰਨ ਅਸੀਂ ਦੇਹ ਵਿੱਚਾਂ ਦੇਹ ਦਾ ਕਣ-ਕਣ ਕਾਮ ਵਾਸਨਾ ਦੇ ਨਾਲ ਬਣੀ ਹੈ ਤਿੰਨ ਵਾਸਨਾਵਾਂ ਤੁਹਾਡੇ ਵਿੱਚ ਮਿਲ ਰਹੀਆਂ ਤੁਸੀਂ ਇੱਕ ਸੰਗਮ ਉਹ ਮਹਾ ਵਾਸਨਾਵਾਂ ਦੇ ਇੱਕ ਤੁਹਾਡੀ ਵਾਸਨਾ ਜਿਹੜੀ ਕਿ ਮੂਲ ਆਧਾਰ ਹੈ ਜਿਸ ਨਾਲ ਤੁਸੀਂ ਪਿਛਲੇ ਜਨਮ ਤੋਂ ਇਸ ਜਨਮ ਚਾਈ ਫਿਰ ਤੁਹਾਡੇ ਪਿਤਾ ਦੀ ਵਾਸਨਾ ਤੁਹਾਡੀ ਮਾਂ ਦੀ ਵਾਸਨਾ ਜਿਨ੍ਹਾਂ ਦੋਹਾਂ ਨੇ ਮਿਲ ਕੇ ਤੁਹਾਨੂੰ ਦੇ ਦਿੱਤੀ ਇਹਨਾਂ ਤਿੰਨਾਂ ਵਾਸਨਾਵਾਂ ਨਾਲ ਤੁਸੀਂ ਬਣੇ ਹੋ ਤੁਹਾਡੀ ਦੇਹ ਇਹਨਾਂ ਤਿੰਨਾਂ ਵਾਸਨਾਵਾਂ ਦਾ ਸੰਗਮ ਹੈ ਦੋ ਤਾਂ ਵਿਖਾਈ ਦਿੰਦੀਆਂ ਜਿਵੇਂ ਗੰਗਾ ਤੇ ਜਮਨਾ ਤੀਜੀ ਸਰਸਵਤੀ ਵਿਖਾਈ ਨਹੀਂ ਦਿੰਦੀ ਦੋ ਤਾਂ ਵਿਖਾਈ ਪੈਂਦੇ ਆ ਤੁਹਾਡੇ ਮਾਤਾ ਤੇ ਪਿਤਾ ਤੇ ਤੀਜੀ ਤੁਹਾਡੀ ਵਾਸਨਾ ਸਰਸਵਤੀ ਦੇ ਵਾਂਗ ਦਿਖਾਈ ਨਹੀਂ ਪੈਂਦੀ ਉਹੀ ਅਸਲੀ ਹੈ ਇਹ ਦੋ ਤਾਂ ਸਹਿਯੋਗੀ ਹਨ ਕਿਉਂਕਿ ਤੁਸੀਂ ਨਾ ਚਾਇਆ ਹੁੰਦਾ ਤਾਂ ਤੁਹਾਡੇ ਪਿਤਾ ਤੇ ਮਾਤਾ ਦੀ ਵਾਸਨਾ ਤੁਹਾਨੂੰ ਇਸ ਜਗਤ 'ਚ ਨਹੀਂ ਲਿਆ ਸਕਦੀ ਸੀ ਤੁਸੀਂ ਚਾਇਆ ਉਹਨਾਂ ਦੀ ਵਾਸਨਾ ਸਹਿਯੋਗੀ ਬਣ ਗਈ ਤੁਸੀਂ ਗਰਭ 'ਚ ਹੋਏ ਤੁਹਾਡੇ ਸਰੀਰ ਦਾ ਰੋਮ ਰੋਮ ਕਣ ਕਣ ਵਾਸਨਾ ਨਾਲ ਬਣਿਆ ਹੈ ਲੋਭ ਇਹਨੂੰ ਥੋੜਾ ਸਮਝ ਲੈਣਾ ਚਾਹੀਦਾ ਹੈ ਹੋਰ ਸਾਰੇ ਲੋਭ ਸਰੀਰ ਲਈ ਸਾਡੀ ਜੋ ਲੋਭ ਦੀ ਦ੍ਰਿਸ਼ਟੀ ਹੈ ਉਹਦਾ ਫੈਲਾਅ ਹੋਏ ਤੁਸੀਂ ਆਪਣੇ ਘਰ ਚ ਲੋਭੀ ਹੋ ਕਿ ਜਿਹੜਾ ਵਿਅਕਤੀ ਆਪਣੇ ਸਰੀਰ ਲਈ ਲੋਭ ਛੱਡ ਦਿੰਦਾ ਉਹਦਾ ਘਰ ਲਈ ਲੋਭ ਆਪਣੇ ਆਪ ਛੁੱਟ ਜਾਂਦਾ ਕਿਉਂਕਿ ਸਰੀਰ ਹੀ ਮੂਲਕਾਰ ਹੈ ਫਿਰ ਬਾਹਰਲਾ ਘਰ ਤਾਂ ਇਸ ਘਰ ਲਈ ਸੁੱਖ ਹੈ ਹੀ ਹੈ ਜਿਹੜਾ ਵਿਅਕਤੀ ਦੇਹ ਦੇ ਲੋਭ ਛੱਡ ਦਿੰਦਾ ਹੈ ਉਹਦਾ ਸੋਨੇ ਲਈ ਵੀ ਲੋਭ ਛੁੱਟ ਜਾਂਦਾ ਕਿਉਂਕਿ ਸੋਨਾ ਤਾਂ ਫਿਰ ਇਸੇ ਘਰ ਦੀ ਸਜਾਵਟ ਹੈ ਜਿਹੜਾ ਇਸ ਦੇਹ ਦੇ ਵਾਸਤੇ ਲੋਭ ਛੱਡ ਦਿੰਦਾ ਧਨ ਸੰਪਤੀ ਤੋਂ ਉਹਦਾ ਲੋਭ ਆਪਣੇ ਆਪ ਛੁੱਟ ਜਾਂਦਾ ਕਿਉਂਕਿ ਸਭ ਦੀ ਵਰਤੋਂ ਇਸ ਦੇ ਲਈ ਹੀ ਹੈ ਸਰੀਰ ਤੁਹਾਡੇ ਕਾਮ ਤੇ ਤੁਹਾਡੇ ਲੋਭ ਦਾ ਆਧਾਰ ਹੈ ਇਸ ਲਈ ਜਗਤ ਇੱਕ ਬਹੁਤ ਵੱਡਾ ਚਮਤਕਾਰ ਹੈ అనేక ਵਾਰੀ ਬੁੱਧ ਤੋਂ ਪੁੱਛਿਆ ਗਿਆ ਕਿ ਜਦ ਤੁਹਾਡੀ ਵਾਸਨਾ ਗਵਾਚ ਗਈ ਜਦ ਤੁਹਾਨੂੰ ਗਿਆਨ ਦਾ ਚਾਨਣ ਹੋ ਗਿਆ ਜਦ ਤੁਸੀਂ ਬੁੱਤਵ ਨੂੰ ਉਪਲਬਧ ਹੋ ਗਏ ਫਿਰ ਤੁਸੀਂ ਦੇਜ ਕਿਵੇਂ ਜੀ ਰਹੇ ਹੋ ਇਹ ਸਵਾਲ ਸੰਗਤ ਹੈ ਕਿਉਂਕਿ ਹੁਣ ਕੋਈ ਕਾਰਨ ਨਹੀਂ ਰਿਹਾ ਕਿ ਨਾ ਦੇ ਲਈ ਵਾਸਨਾ ਹੈ ਨਾ ਕਾਮਨਾ ਹੈ ਨਾ ਲੋਭ ਹੈ ਹੁਣ ਤੁਸੀਂ ਸਰੀਰ 'ਚ ਕਿਵੇਂ ਹੋ ਔਖਾ ਹੈ ਸਮੋਣਾ ਲੇਕਿਨ ਬੁੱਧ ਕਹਿੰਦੇ ਆ ਤੀਤ ਦੇ ਬਲ ਦੇ ਕਾਰਨ ਮੋਮੈਂਟਸ ਜਿਵੇਂ ਇੱਕ ਆਦਮੀ ਸਾਈਕਲ ਚਲਾਉਂਦਾ ਹੈ ਪੈडल ਮਾਰਦਾ ਹੈ ਤਾਂ ਹੀ ਸਾਈਕਲ ਚੱਲਦੀ ਹੈ ਪੈडल ਰੋਕਲੈਂਡ ਦਾ ਤਾਂ ਵੀ ਕੁਝ ਦੂਰ ਤੀਕ ਸਾਈਕਲ ਟੁਰਦੇ ਰਹਿੰਦੀ ਹੈ ਮੋਮੈਂਟਸ ਉਹ ਜਿਹੜੀ ਰਫਤਾਰ ਇੰਨੀ देर ਤੱਕ ਚਲਾਉਣ ਨਾਲ ਪਈਆਂ ਨੂੰ ਮਿਲ ਗਈ ਹੈ ਹੁਣ ਪੈडल ਦੀ ਜ਼ਰੂਰਤ ਨਹੀਂ ਹੈ ਕੁਝ ਯਾਤਰਾ ਪੈਡਲ ਤੋਂ ਬਗੈਰ ਵੀ ਹੋ ਜਾਂਦੀ ਹੈ ਲੋਭ ਤੇ ਕਾਮ ਇਹ ਸਰੀਰ ਦੇ ਦੋ ਪੈਡਲ ਹਨ ਇਹਨਾਂ ਦੋਹਾਂ ਨਾਲ ਹੀ ਸਰੀਰ ਟਿਕਿਆ ਇਸ ਲਈ ਬੁੱਧਪੁਰਸ਼ ਵੀ ਜੀ ਜਾਂਦੇ ਹਨ ਥੋੜੇ ਦਿਨ ਪਰ ਉਹਨਾਂ ਦਾ ਜਿਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਲੋਕ ਆਮ ਤੌਰ ਤੇ ਸੋਚਦੇ ਹੈ ਕਿ ਬੁੱਧਪੁਰਸ਼ ਬਹੁਤ ਤੰਦਰੁਸਤ ਹੋਣਗੇ ਗਲਤ ਹੈ ਬੁੱਧਪੁਰਸ਼ ਬਹੁਤ ਮੁਸ਼ਕਲ ਚ ਜੀ ਪਾਉਂਦੇ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ ਜੇਕਰ ਤੁਸੀਂ ਸਾਈਕਲ ਚਲਾਉਂਦੇ ਹੋ ਚਲਦੀ ਹੈ ਲੇਕਿਨ ਕਦ ਡਿੱਗੀ ਕਦ ਡਿੱਗੀ ਬਿਨਾ ਪੈडल ਤੋਂ ਵੀ ਥੋੜੀ ਚਲਦੀ ਹੈ ਪਰ ਕਦੇ ਵੀ ਡਿੱਗ ਪਵੇ ਭਰਮ ਬਣਿਆ ਰਹਿੰਦਾ ਹੈ ਬੁੱਧਪੁਰਸ਼ ਦਾ ਸਬੰਧ ਸਰੀਰ ਨਾਲੋਂ ਟੁੱਟ ਜਾਂਦਾ ਹੈ ਹੁਣ ਉਹ ਸਰੀਰ ਚ ਇਸ ਤਰ੍ਹਾਂ ਜਿਸ ਤਰ੍ਹਾਂ ਨਹੀਂ ਹੈ ਇਸੇ ਤਰ੍ਹਾਂ ਜਿਵੇਂ ਤੁਸੀਂ ਦਰਖਤ ਦੀਆਂ ਜੜਾਂ ਪੁੱਟ ਲਓ ਤਾਂ ਵੀ 2-4 ਦਿਨ ਹਰਾ ਰਹਿ ਜਾਂਦਾ ਹੈ। ਬਸ ਜੜਾਂ ਤਾਂ ਟੁੱਟ ਗਈਆਂ ਜ਼ਮੀਨ ਨਾਲੋਂ ਲੇਕਿਨ ਦਰਖਤ 2-4 ਦਿਨ ਹਰਾ ਰਹਿ ਜਾਂਦਾ ਹੈ। ਇਕੱਠਾ ਕੀਤਾ ਹੋਇਆ ਬਲ ਹੈ ਅਤੀਤ ਦਾ ਜਿਸ ਨਾਲ ਹਰਾ ਰਹਿ ਜਾਂਦਾ ਹੈ। ਬੁੱਧ ਵੀ, ਮਹਾਵੀਰ ਵੀ, ਰਮਨ, ਰਾਮਕ੍ਰਿਸ਼ਨ ਨੇ ਵੀ ਸਰੀਰ ਚ ਰੰ데요। ਰਾਮਕ੍ਰਿਸ਼ਨ ਕੈਂਸਰ ਨਾਲ ਮਰੇ। ਰਮਨ ਵੀ ਕੈਂਸਰ ਨਾਲ ਮਰੇ। ਬਹੁਤ ਹੈਰਾਨੀ ਮਲਮ ਹੁੰਦੀ ਹੈ ਕਿ ਰਮਨ ਤੇ ਰਾਮਕ੍ਰਿਸ਼ਨ ਵਰਗੇ ਵਿਅਕਤੀ ਜੇਕਰ ਕੈਂਸਰ ਨਾਲ ਮਰਦੇ ਆ ਤਾਂ ਬਹੁਤ ਅਨਿਆਇ ਹੈ ਅਨਿਆਇ ਵਗੈਰਾ ਕੁਝ ਨਹੀਂ ਸਿੱਧੀ ਗੱਲ ਸਾਫ਼ ਹੈ ਹੁਣ ਸਰੀਰ 'ਚ ਕੋਈ ਅੰਦਰੂਨੀ ਤਾਕਤ ਨਹੀਂ ਹੈ ਜਿਸ ਤਰ੍ਹਾਂ ਚੱਲ ਰਿਹਾ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲਈ ਆਧਾਰ ਹੋ ਸਕਦਾ ਹੈ ਕਿਉਂਕਿ ਅੰਦਰਲਾ ਠੱਕਾ ਤਾਂ ਹੁਣ ਬੰਦ ਹੋ ਗਿਆ ਹੁਣ ਤਾਂ ਪੁਰਾਣੇ ਠੱਕੇ ਤੇ ਟੁਰ ਰਿਹਾ ਹੈ ਅੱਜ ਇਹ ਸਮਝੋ ਕਿ ਮੂਲ ਤਨ ਮੁੱਕ ਗਿਆ ਵਿਆਜ ਨਾਲ ਜੀ ਰਿਹਾ ਹੈ ਦੇ ਤਰ੍ਹਾਂ ਇਨ ਮਾਹੀ ਬਾਸ ਕੋ ਕੈਸੇ ਛੁੱਟੇ ਫਿਰ ਇਹ ਦੇਹ ਹੈ ਕਾਮ ਤੇ ਲੋਭ ਨਾਲ ਬਣਿਆ ਉਹਦਾ ਸਾਰਾ ਰੂਪ ਹੈ ਆਕਾਰ ਹੈ ਫਿਰ ਕਿਵੇਂ ਇਹਨਾਂ ਤੋਂ ਸੰਬੰਧ ਛੁੱਟੇ ਸੂਤਰ ਯਾਦ ਰੱਖ ਲੈਣਾ ਸੀਵ ਭਏ ਤੇ ਉਬਰੇ ਜੀਵ ਤੇ ਲੁੱਟੇ ਜਿਹੜੇ ਮੁਰਦੇ ਵਾਂਗ ਹੋ ਗਏ ਉਬਰ ਗਏ ਜਿਹੜੇ ਜੀਏ ਉਹ ਲੁੱਟੇ ਸੀ ਭਏ ਤੇ ਉਬਰੇ ਮੁਰਦਾ ਹੋ ਗਏ ਜਿਹੜੇ ਉਬਰ ਗਏ ਜੀਵਤ ਤੇ ਲੁੱਟੇ ਜਿਹੜੇ ਜਿਉਂਦੇ ਰਹੇ ਉਹ ਲੁੱਟ ਗਏ ਜੀਸਸ ਨੇ ਕਿਹਾ ਬਚਾਉਗੇ ਗਵਾ ਦੇਉਗੇ ਗੁਆਨ ਨੂੰ ਰਾਜ਼ੀ ਹੋ ਕੋਈ ਤੁਹਾਡੇ ਕੋਲੋਂ ਖੋ ਨਹੀਂ ਸਕਦਾ ਜਿਓਗੇ ਮਰੋਗੇ ਮਰਨ ਨੂੰ ਰਾਜ਼ੀ ਹੋ ਤਾਂ ਅਮਰਤ ਤੁਹਾਡਾ ਹੈ ਕਾਇਰ ਹਜ਼ਾਰ ਵਾਰੀ ਮਰਦਾ ਹੈ ਕਹਿੰਦੇ ਆ ਬਹਾਦਰ ਇੱਕ ਵਾਰੀ ਕਾਇਰ ਰੋਜ਼ ਮਰਦਾ ਹੈ ਮਰਨ ਤੋਂ ਡਰਦਾ ਹੈ ਹਰ ਘੜੀ ਮੌਤ ਮਾਲੂਮ ਹੁੰਦੀ ਹੈ ਸਾਸੀ ਇੱਕ ਵਾਰ ਕਿਉਂਕਿ ਜਿਵੇਂ ਕੋਈ ਮਰਨ ਨੂੰ ਰਾਜ਼ੀ ਹੋ ਗਿਆ ਇਸ ਸੰਸਾਰ ਲਈ ਉਹਨੇ ਕਿਹਾ ਹੁਣ ਮੈਂ ਅਜਿਆ ਜੀਊਂਗਾ ਜਿਵੇਂ ਮੁਰਦਾ ਉਮੇਂ ਫਿਰ ਕੋਈ ਮੌਤ ਨਹੀਂ ਹੈ ਕਿਉਂਕਿ ਅਜੀਬ ਪ੍ਰਤੀਤਿ ਛਟ ਅੰਦਰਲੇ ਅਮਰਤ ਦਾ ਅਨੁਭਵ ਹੋ ਜਾਂਦਾ ਹੈ ਮਰਨ ਦੀ ਕਲਾ ਧਰਮ ਹੈ ਇਸੇ ਲਈ ਮੈਂ ਕਹਿੰਨਾ ਮੈਂ ਮ੍ਰਿਤਿਉ ਸਿਖਾਉਂਦਾ ਕੁਝ ਹੋਰ ਸਿਖਾਉਣ ਦੇ ਯੋਗ ਹੈ ਵੀ ਨਹੀਂ ਜੀਵਨ ਤਾਂ ਤੁਸੀਂ ਸਿੱਖਿਆ ਹੀ ਹੋਏ ਹੋ ਜ਼ਰੂਰਤ ਤਾਂ ਬਹੁਤਾ ਸਿੱਖ ਗਏ ਹੋ ਇੰਨਾ ਸਿੱਖ ਗਏ ਹੋ ਕਿ ਹੁਣ ਇਹਨੂੰ ਅਣ ਸਿੱਖਿਆ ਕਰਨਾ ਮੁਸ਼ਕਿਲ ਹੈ ਮੌਤ ਸਿਖਾਣੀ ਹੈ परम मौद्दी कला ਤੁਸੀਂ ਚਾਹੋ ਤਾਂ ਕਹਿ ਸਕਦੇ ਹੋ ਅੰਮ੍ਰਿਤ ਦੀ ਕਲਾ ਵੀ ਕਿਉਂਕਿ ਇੱਧਰ ਮਰੇ ਉੱਧਰ ਅੰਮ੍ਰਿਤ ਹੋਏ ਇੱਧਰ ਤੁਸੀਂ ਸੰਸਾਰ ਦੇ ਵੱਲੋਂ ਅੱਖਾਂ ਬੰਦ ਕੀਤੀਆਂ ਆਪਣੇ ਵੱਲ ਅੱਖ ਖੁੱਲੀ ਤੇ ਅੱਖ ਇੱਕ ਹੀ ਪਾਸੇ ਖੁੱਲੀ ਖੁੱਲ ਸਕਦੀ ਹੈ ਜਾਂ ਤਾਂ ਬਾਹਰ ਵੱਲ ਵੇਖੋ ਜਾਂ ਅੰਦਰ ਦੋਹੀ ਪਾਸੇ ਇਕੱਠਾ ਨਹੀਂ ਵੇਖ ਸਕੋਗੇ ਕਿਵੇਂ ਵੇਖੋਗੇ ਦ੍ਰਿਸ਼ਟੀ ਜਾਂ ਤਾਂ ਬਾਹਰ ਜਾ ਰਹੀ ਹੈ ਤੇ ਜਾਂ ਤੁਸੀਂ ਬਾਰ ਯਾਤਰਾ ਕਰ ਰਹੇ ਹੋ ਤਾਂ ਦ ਆਪਣੇ ਵੱਲ ਪਿੱਠ ਹੈ ਇਸ ਲਈ ਅਮਰਤ ਦਾ ਪਤਾ ਨਹੀਂ ਚੱਲਦਾ ਕਿ ਤੁਸੀਂ ਕੌਣ ਹੋ ਜਦ ਜੀਵਨ ਊਰਜਾ ਅੰਦਰਲੇ ਪਾਸੇ ਜਾ ਰਹੀ ਹੈ ਦ੍ਰਿਸ਼ਟੀ ਅੰਦਰ ਮੁੜਦੀ ਹੈ ਅੰਤਰਮੁਖੀ ਹੁੰਦੀ ਹੈ ਤਾਂ ਅੱਖ ਬੰਦ ਹੋ ਜਾਂਦੀ ਹੈ ਸਭ ਦਰਵਾਜ਼ੇ ਬੰਦ ਹੋ ਜਾਂਦੇ ਹਨ ਬਾਹਰ ਤੁਸੀਂ ਹੁਣ ਨਹੀਂ ਜਾ ਰਹੇ ਹੋ ਹੁਣ ਤੁਸੀਂ ਉਨਮੁਖ ਹੋ ਆਪਣੇ ਵੱਲ ਹੁਣ ਤੁਸੀਂ ਆਪਣੇ ਸੰਮੁਖ ਹੋ ਝਟਪਟ ਅਮਰਤ ਦੀ ਬਰਖਾ ਹੋ ਜਾਂਦੀ ਹੈ ਸੱਜ ਜੋ ਬਈ ਨਹੀਂ ਕਿਹਾ ਕਿ ਉਸ ਕੜੀ ਚ ਬਿਨ ਕੰਨ ਪਰਤ ਫੁਹਾਰ ਕੋਈ ਬਦਲ ਨਹੀਂ ਵਿਖਾਈ ਪੈਂਦਾ ਤੇ ਅਮਰਤ ਦੀ ਬਰਖਾ ਹੁੰਦੀ ਹੈ ਬਿਨ ਕੰਨ ਪਰਤ ਫੁਹਾਰ ਰੋਮ ਰੋਮ ਇਸ਼ਨਾਨ ਕਰ ਲੈਂਦਾ ਹੈ ਪਰਮਾਤਮਾ ਵਿੱਚ ਇਸ਼ਨਾਨ ਕਰ ਲੈਂਦਾ ਇੱਕ ਹੀ ਤੀਰਥ ਹੈ ਉਹ ਤੁਸੀਂ ਹੋ ਲੇਕਿਨ ਤੁਸੀਂ ਆਪਣੇ ਵੱਲ ਪਿੱਠ ਕਰਕੇ ਚੱਲ ਰਹੇ ਹੋ ਸਿਵ ਭਈ ਤੇ ਉਭਰੇ ਜੀਵ ਤੇ ਲੂਟੇ ਕੀ ਕਰੋ ਕਿਵੇਂ ਕਰੋ ਕਿ ਤੁਸੀਂ ਜਿਉਂਦੇ ਜੀ ਮਰਦਾ ਹੋ ਜਾਓ ਜਦਿਆ ਹੋਇਆ ਰੂਸ ਵਿੱਚ ਇੱਕ ਬਹੁਤ ਵੱਡਾ ਵਿਚਾਰਕ ਤੇ ਲੇਖਕ ਹੋਇਆ ਦੋਸਤੋਵਸਕੀ ਉਹ ਜਦ ਜਵਾਨ ਸੀ ਤਾਂ ਕ੍ਰਾਂਤੀ ਦੇ ਕਾਰਨ ਫੜਿਆ ਗਿਆ ਜ਼ਾਰ ਨੇ ਉਹਨੂੰ ਮੌਤ ਦੀ ਸਜ਼ਾ ਦਿੱਤੀ 10 ਹੋਰ ਸਾਥੀ ਸਨ ਸਾਰਿਆਂ ਨੂੰ ਮੌਤ ਦੀ ਸਜ਼ਾ ਮਿਲੀ ਇੱਕ ਦਿਨ ਸਵੇਰੇ 6 ਵਜੇ ਉਹਨਾਂ ਨੂੰ ਗੋਲੀ ਮਾਰ ਦੇਣਾ ਤੈਅ ਸੀ ਟੋਏ ਪੁੱਟ ਦਿੱਤੇ ਗਏ ਦਸਾਂ ਨੂੰ ਟੋਏਾਂ ਦੇ ਉੱਤੇ ਖੜਾ ਕਰ ਦਿੱਤਾ ਗਿਆ ਸੈਨਿਕ ਸੰਗੀਨਾ ਲੈ ਕੇ ਖਲੋ ਗਏ ਚਰਚ ਦੀ ਘੜੀ 'ਚ ਵੇਖ ਰਹੇ ਸਨ ਕਿ 6 ਦਾ ਘੰਟਾ ਵੱਜੇ ਘੰਟਾ 6 ਵਜੇ ਗੋਲੀ ਮਾਰ ਦਿੱਤੀ ਜਾਏ। ਇੱਕ ਇੱਕ ਪਲ ਭਾਰੀ ਹੋ ਗਿਆ। 5 ਮਿੰਟ ਬਚੇ, 4 ਮਿੰਟ ਬਚੇ, 2 ਮਿੰਟ ਬਚੇ, 1 ਮਿੰਟ ਬਚਿਆ। ਹੁਣ ਸੈਕਿੰਡ ਸੈਕਿੰਡ ਦਾ ਹਿਸਾਬ ਹੋਣ ਲੱਗਿਆ ਹੋਵੇਗਾ। ਸਾਰਿਆਂ ਦੀਆਂ ਅੱਖਾਂ ਘੜੀ ਤੇ ਟਿਕੀਆਂ ਸਨ। 6 ਵਜੇ ਘੜੀ ਦਾ ਘੰਟਾ ਬਜਿਆ। ਗੋਲੀ ਚੱਲਦੀ। ਇਸ ਤੋਂ ਪਹਿਲਾਂ ਇੱਕ ਘੋੜਸਵਾਰ ਆਇਆ ਭਜਦਾ ਹੋਇਆ। ਸੰਦੇਸ਼ ਦਿੱਤਾ ਮੌਦੀ ਸਜ਼ਾ ਉਮਰ ਕੈਚ ਬਦਲ ਦਿੱਤੀ ਗਈ। ਲੇਕਿਨ ਜਿਵੇਂ ਹੀ 6 ਦਾ ਘੰਟਾ ਵੱਜਿਆ ਇੱਕ ਆਦਮੀ ਤਾਂ ਡਿੱਗ ਪਿਆ ਇਹ ਸੋਚ ਕੇ ਕਿ ਮਰੇ ਮਰ ਗਏ ਖਤਮ ਹੋਇਆ ਮਾਮਲਾ ਇੱਕ ਆਦਮੀ ਤਾਂ ਡਿੱਗ ਪਿਆ ਖਬਰ ਦੇ ਦਿੱਤੀ ਗਈ ਕਿ ਕਬਰਾਉ ਨਾ ਉਮਰ ਕੈਚ ਬਦਲ ਦਿੱਤੀ ਗਈ ਹੈ ਸਜ਼ਾ ਲੇਕਿਨ ਉਹ ਆਦਮੀ ਜ਼ਿੰਦਗੀ ਪਰ ਜਿਉਂਦਾ ਰਿਹਾ ਪਰ ਹੋਰ ਹੀ ਢੰਗ ਨਾਲ ਜਿਉਂਦਾ ਰਿਹਾ ਉਹ ਲੋਕਾਂ ਨੂੰ ਕਹਿੰਦਾ ਮੈਂ ਤਾਂ ਮਰ ਗਿਆ ਲੋਕ ਉਹਨੂੰ ਪਾਗਲ ਸਮਝਦੇ ਲੋਕ ਉਹਦਾ ਮਜ਼ਾਕ ਉਡਾਉਂਦੇ ਪਰ ਉਸ ਆਦਮੀ ਦੀ ਜ਼ਿੰਦਗੀ ਚ ਕ੍ਰਾਂਤੀ ਹੋ ਗਈ ਨਾ ਲੋਭ ਰਿਆ ਨਾ ਮੋਹ ਰਿਆ ਕੋਈ ਲगाव ਨਾ ਰਿਆ ਨਾ ਕੋਈ ਆਸ আসਕਤੀ ਮਤਲਬ ਪਕੜ ਰਹੀ ਰਹਿੰਦਾ ਚੱਲਦਾ ਉੱਠਦਾ ਬੈਠਦਾ ਕੰਮ ਕਰਦਾ ਜਦ ਵੀ ਕੋਈ ਉਸ ਕੋਲ ਪੁੱਛਦਾ ਉਹ ਕਹਿੰਦਾ ਫਲਾਂ ਤਰੀਕ ਨੂੰ 6 ਵਜੇ ਮੈਂ ਮਰ ਗਿਆ ਅਚਾਨਕ ਉਹ ਆਦਮੀ ਸੰਨਿਆਸੀ ਹੋ ਗਿਆ ਦੋਸਤੋ ਉਸकी ਵੀ ਉਹਨਾਂ ਵਿੱਚੋਂ ਇੱਕ ਸੀ ਉਹਨੇ ਵੀ ਲਿਖਿਆ ਕਿ ਉਸ ਘੜੀ ਤੋਂ ਪਿੱਛੋਂ ਮੈਂ ਦੂਜਾ ਹੀ ਆਦਮੀ ਹੋ ਗਿਆ ਕਿਉਂਕਿ ਪੱਕਾ ਹੀ ਮੰਨ ਲਿਆ ਸੀ ਕਿ ਮੌਤ ਹੋਣੀ ਵਾਲੀ ਹੈ 6 ਵਜੇ ਦੇ ਵਜਦੇ ਸਾਫ ਹੋ ਗਿਆ ਸੀ ਕਿ ਬਸ ਖਤਮ ਹੋਏ ਫਿਰ ਬਚ ਗਏ ਲੇਕਿਨ ਉਸ ਘੜੀ ਜਿਹੜੀ ਖਤਮ ਹੋਣ ਦਾ ਭਾਵ ਹੋ ਗਿਆ ਉਹ ਕ੍ਰਾਂਤੀ ਲੈ ਆਇਆ ਸੰਨਿਅਸਥ ਅਜਈ ਭਾਵ ਦਸ਼ਾ ਕਿ ਤੁਹਾਡਾ ਬੋਧ ਇੱਕ ਅਜਈ ਥਾਂ ਆ ਜਾ ਜਿੱਥੇ ਤੁਸੀਂ ਇਸ ਗੱਲ ਨੂੰ ਠੀਕ ਤਰ੍ਹਾਂ ਸਮਝ ਲਓ ਕਿ ਇਸ ਜ਼ਿੰਦਗੀ 'ਚ ਕੁਝ ਵੀ ਪਾਉਣ ਵਰਗਾ ਨਹੀਂ ਹੈ ਇਸ ਜ਼ਿੰਦਗੀ 'ਚ ਸવાય ਮੌਤ ਦੇ ਹੋਰ ਕੁਝ ਨਹੀਂ ਮਿਲਦਾ ਮਿਲਦਾ ਹੀ ਨਹੀਂ ਹੈ ਬੋਹ ਦੇ ਨਾ ਡੂੰਗਾ ਹੋ ਜਾਏ ਕਿ ਤੁਸੀਂ ਆਪਣੇ ਹੱਥ ਨਾਲ ਹੀ ਕਹਿ ਦਿਓ ਕਿ ਅਸੀਂ ਮਰ ਗਏ ਉਸੇ ਦਿਨ ਤੋਂ ਤੁਸੀਂ ਜਲ ਜ ਕਮਲ ਦੇ ਫੁੱਲ ਵਰਗੇ ਹੋ ਜਾਓਗੇ ਚੱਲੋਗੇ ਕੰਮ ਕਰੋਗੇ ਉੱਠੋਗੇ ਬੈਠੋਗੇ ਪਰ ਜੀਵਨ ਦਾ ਜਿਹੜਾ ਸਵਾਦ ਹੈ ਜਿਹੜਾ ਰਸ ਹੈ ਉਹ ਗਵਾਚ ਜਾਏਗਾ ਬਾਹਰਲੇ ਪਾਸੇ ਜਿਹੜੀ ਨੱਠ ਭਾਜ ਉਹ ਮਿਟ ਜਾਏਗੀ ਰਹੇ ਤਾਂ ਠੀਕ ਨਾ ਰਹੇ ਤਾਂ ਠੀਕ ਸਭ ਬਰਾਬਰ ਹੋ ਜਾਏਗਾ ਕਦੇ ਇਹਦਾ ਨਿੱਕਾ ਜਿਹਾ ਪ੍ਰਯੋਗ ਕਰੋ ਸਤ ਦਿਨਾਂ ਲਈ ਸਹੀ ਕਿ ਸਤ ਦਿਨਾਂ ਲਈ ਇਸ ਤਰ੍ਹਾਂ ਜੀਵਾਂਗੇ ਜਿਵੇਂ ਮਰ ਗਏ ਕੋਈ ਗਾਲੀ ਦੇਗਾ ਕਰੋਧ ਦਾ ਕੋਈ ਉਪਾਅ ਨਹੀਂ ਕਿਉਂਕਿ ਤੁਸੀਂ ਮਰ ਗਏ ਕੋਈ ਜੇਬ ਚੋਂ ਪੈਸੇ ਕੱਢ ਲਏ ਤਾਂ ਕੀ ਕਰੋਗੇ ਅਜਿਹਾ ਹੋਇਆ ਕਿ ਮੁੱਲਾ ਨਸਰੂਦਿਨ ਆਪਣੀ ਪਤਨੀ ਕੋਲੋਂ ਪੁੱਛਦਾ ਸੀ ਕਿ ਇਸ ਗੱਲ ਦਾ ਪੱਕਾ ਕਿਵੇਂ ਹੁੰਦਾ ਹੋਏਗਾ ਕਿ ਜਦ ਆਦਮੀ ਮਰ ਜਾਂਦਾ ਹੈ ਉਹਨੂੰ ਖੁਦ ਨੂੰ ਕਿ ਮੈਂ ਮਰ ਗਿਆ ਉਹ ਕਦੇ-ਕਦੇ ਬਹੁਤ ਦਾਰਸ਼ਨਿਕ ਸਵਾਲ ਚੁੱਕ ਲੰਦਾ ਪਤਨੀ ਨੇ ਕਿਹਾ ਸਿਰ ਨਾ ਖਾਓ ਬੇਕਾਰ ਦੀਆਂ ਗੱਲਾਂ ਨਾ ਕਰੋ ਜਦ ਮਰੋਗੇ ਤਦ ਪਤਾ ਲੱਗ ਜਾਏਗਾ ਹੱਥ ਪੈਰ ਠੰਡੇ ਹੋ ਜਾਣਗੇ ਹੁਣ ਹੋਰ ਕੀ ਕਹੇ ਇੱਕ ਦਿਨ ਗਿਆ ਸੀ ਜੰਗਲ ਚ ਲੱਕੜੀਆਂ ਵੱਢਣ ਸਰਦੀ ਦੇ ਦਿਨ ਸੀ ਠੰਡੀ ਹਵਾ ਵਗ ਰਹੀ ਸੀ ਹੱਥ ਪੈਰ ਠੰਡੇ ਹੋਣ ਲੱਗੇ ਉਹਨੇ ਕਿਹਾ ਮਾਰੇ ਗਏ ਕੋਹਾੜੀ ਹੀਠਾਂ ਸੁੱਟ ਕੇ ਜਿਵੇਂ ਕਿ ਮਰਦੇ ਆਦਮੀ ਨੂੰ ਕਰਨਾ ਚਾਹੀਦਾ ਉチェਤੀ ਨਾਲ ਲੰਮਾ ਪੈ ਗਿਆ ਆਪਣੇ ਖੋਤੇ ਨੂੰ ਜਿਸ ਤੇ ਲੱਕੜੀਆਂ ਲੈ ਜਾਣੀਆਂ ਸੀ ਦਰਖਤ ਨਾਲ ਬੰਨ੍ਹ ਦਿੱਤਾ ਉਲਮਾ ਬਹਿ ਗਿਆ ਅੱਖਾਂ ਬੰਦ ਕਰ ਲੀਆਂ ਉਹਨੇ ਕਿਹਾ ਹੁਣ ਕੁਝ ਕਰਨ ਨੂੰ ਨਹੀਂ ਬਚਿਆ ਮਾਮਲਾ ਹੀ ਖਤਮ ਹੁਣ ਤਾਂ ਘਰ ਖਬਰ ਵੀ ਨਹੀਂ ਭੇਜ ਸਕਦੇ ਕੋਈ ਹੈ ਹੀ ਨਹੀਂ ਤੇ ਹੱਥ ਪੈ ਠੰਡੇ ਹੋ ਰਹੇ ਹੈ ਜ਼ਾਹਿਰ ਹੈ ਕਿ ਪਤਨੀ ਨੇ ਠੀਕ ਕਿਹਾ ਸੀ ਉਹ ਬਿਲਕੁਲ ਮਰ ਗਿਆ ਕਦੇ ਦੋ ਭੇੜੀਏ ਆ ਗਏ ਉਹਨਾਂ ਨੇ ਖੋਤੇ ਤੇ ਹਮਲਾ ਕੀਤਾ ਮੁੱਲਾ ਨਸੂ ਦੇ ਨੇ ਕਿਹਾ ਹੁਣ ਕੀ ਕਰ ਸਕਦਾ ਕਾਸ਼ ਅੱਜ ਜੀਉਂਦਾ ਹੁੰਦਾ ਤਾਂ ਇਹ ਭੇੜੀਏ ਮੇਰੇ ਖੋਤੇ ਨਾਲ ਇਹ ਸਲੂਕ ਨਾ ਕਰ ਸਕਦੇ ਪਰ ਹੁਣ ਤਾਂ ਗੱਲ ਹੀ ਮੁੱਕ ਗਈ ਜੇ ਤੁਸੀਂ ਸੱਤਾਂ ਦਿਨਾਂ ਲਈ ਵੀ ਸੋਚ ਲਓ ਕਿ ਮਰ ਗਏ ਤੁਹਾਨੂੰ ਜੀਵਨ ਦਾ ਇੱਕ ਨਵਾਂ ਦਰਸ਼ਨ ਹੋਏਗਾ ਕੋਈ ਗਾਲ ਕੱਢੇਗਾ ਤੁਸੀਂ ਸੁਣੋਗੇ ਕਰੋਗੇ ਕੀ ਜਦ ਮਰ ਜਾਓਗੇ ਕਬਰ 'ਚ ਪਏ ਰਹੋਗੇ ਕੋਈ ਆਦਮੀ ਆ ਕੇ ਗਾਲ ਦੇ ਕੱਢੇਗਾ ਤਾਂ ਕੀ ਕਰੋਗੇ ਚੁਆੰਕ ਤਸ ਇੱਕ ਸ਼ਮਸ਼ਾਨ ਦੇ ਕੋਲੋਂ ਦੀ ਲੰਘ ਰਿਹਾ ਸੀ ਇੱਕ ਖੋਪੜੀ 'ਚ ਲੱਤ ਲੱਗੀ ਕਿਸੇ ਦੀ ਖੋਪੜੀ ਪਈ ਸੀ ਉਹਨੇ ਬਹੁਤ ਮਾਫੀ ਮੰਗੀ ਉਹਦੇ ਸ਼ਿਸ਼ਿਆ ਨੇ ਕਿਹਾ ਕੀ ਨਾ ਸਮਝੀ ਕਰ ਰਹੇ ਹੋ ਬੁੱਢਾ ਪੇਚ ਸਠਿਆ ਗਏ ਇਸ ਖੋਪੜੀ ਤੋਂ ਕੀ ਮਾਫੀ ਮੰਗਣੀ ਜਵਾਂਗ ਦਸ ਨੇ ਕਿਹਾ ਇਹ ਕੋਈ ਛੋਟੇ ਲੋਕਾਂ ਦਾ ਮਾਰਗਟ ਨਹੀਂ ਹੈ ਸਿਰਫ ਰਾਜੇ ਮਹਾਰਾਜੇ ਇੱਥੇ ਦਫਨਾਏ ਜਾਂਦੇ ਹੈ ਪਤਾ ਨਹੀਂ ਕੌਣ ਹੋਵੇ ਤੇ ਪਿੱਛੋਂ ਝੰਜਟ ਕਰੇ ਉਹਨਾਂ ਨੇ ਕਿਹਾ ਮਰ ਚੁੱਕਿਆ ਹੈ ਇਹ ਰਾਜਾ ਹੋਵੇ ਕਿ ਮਹਾਰਾਜਾ ਜਾਂ ਭਿਖਾਰੀ ਸਭ ਬਰਾਬਰ ਮੌਤ ਬਿਲਕੁਲ ਸਮਾਜਵਾਦੀ ਹੈ ਤੁਸੀਂ ਇਹਦੀ ਫਿਕਰ ਛੱਡੋ ਤੁਹਾਡਾ ਦਿਮਾਗ ਖਰਾਬ ਹੋ ਗਿਆ ਇੰਨੇ ਵੱਡੇ ਗਿਆਨੀਪੁਰ ਚਵੰਗਤਸ ਖੋਪੜੀ ਨੂੰ ਨਾਲ ਲੈ ਆਇਆ ਜ਼ਿੰਦਗੀ ਭਾਰੋਂ ਨੇ ਉਹਨੂੰ ਵੱਖਰਾ ਨਹੀਂ ਕੀਤਾ ਉਹਨੂੰ ਹਮੇਸ਼ਾ ਕੱਚ ਚ ਲਈ ਫਿਰਦਾ ਲੋਕ ਕਹਿੰਦੇ ਜ਼ਰਾ ਠੀਕ ਮਾਲੂਮ ਨਹੀਂ ਹੁੰਦਾ ਭੱਦਾ ਲੱਗਦਾ ਇਹ ਤੁਸੀਂ ਕੀ ਕਰਦੇ ਹੋ ਚਵੰਗਤਸ ਕਹਿੰਦਾ ਇਹਦੇ ਨਾਲ ਮੈਨੂੰ ਯਾਦ ਬਣੀ ਰਹਿੰਦੀ ਹੈ ਕਿ ਅੱਜ ਨਹੀਂ ਕੱਲ ਮੇਰੀ ਖੋਪੜੀ ਸ਼ਮਸ਼ਾਨ ਚ ਪਈ ਹੋਏਗੀ ਤੁਹਾਡੇ ਵਰਗੇ ਲੋਕ ਨਿਕਲਣਗੇ ਤਾਂ ਮਾਫੀ ਵੀ ਨਹੀਂ ਮੰਗਣਗੇ ਪੈਰ ਮਾਰ ਦੇਣਗੇ ਤੇ ਮੈਂ ਕੁਝ ਵੀ ਨਹੀਂ ਕਰ ਸਕਾਂਗਾ ਕੀ ਫਰਕ ਹੈ ਅੱਜ ਵੀ ਕੋਈ ਸਿਰ 'ਚ ਮਾਰ ਜਾਂਦਾ ਤਾਂ ਮੈਂ ਇਸ ਖੋਪੜੀ ਵੱਲ ਵੇਖ ਲੈਂਦਾ ਖੋਪੜੀ ਤਾਂ ਇਹ ਹੈ ਹੀ ਹੁਣ ਇਹ ਚਮੜੇ ਨਾਲ ਦੱਬੀ ਟਕੀ ਹੈ ਕੱਲ ਚਮੜੇ ਨਾਲ ਟਕੀ ਨਹੀਂ ਹੋਏਗੀ ਹੋਰ ਕੀ ਫਰਕ ਹੋਏਗਾ ਤੇ ਜਦ ਜ਼ਿੰਦਗੀ ਤਾਂ 70 ਸਾਲਾਂ ਦੀ 80 ਸਾਲਾਂ ਦੀ ਹੈ ਪਰ ਖੋਪੜੀ ਤਾਂ ਪਈ ਰਹੇਗੀ ਨੀ ਪਤਾ ਨਹੀਂ ਕਿੰਨੀਆਂ ਸਦੀਆਂ ਤੱਕ ਮਰਗੜ 'ਚ ਰਹੀ ਕਿੰਨੇ ਲੋਕ ਨਿਕਲਣਗੇ ਕਿੰਨੇ ਲੋਕ ਠੋਕਰ ਮਾਰਨਗੇ ਕੋਈ ਮਾਫੀ ਨਹੀਂ ਮੰਗੇਗਾ ਜਦ ਅਨੰਤ ਕਾਲ ਤੱਕ ਇਹ ਸਲੂਕ ਹੋਣਾ ਹੀ ਹੈ ਤਾਂ 70 ਸਾਲਾਂ ਲਈ ਕਿਉਂ ਵਿਅਰਥ ਦਾ ਵਿਵਾਦ ਕਰਨਾ ਸੱਤਾਂ ਦੇ ਨਾਲ ਹੀ ਜੇਕਰ ਤੁਸੀਂ ਤੈਅ ਕਰ ਲਓ ਤਾਂ ਤੁਸੀਂ ਦੁਬਾਰਾ ਉਹੀ ਆਦਮੀ ਨਹੀਂ ਰਹੋਗੇ ਖੇਡ-ਖੇਡ ਵਿੱਚ ਵੀ ਜੇਕਰ ਤੁਸੀਂ ਇਹ ਤੈਅ ਕਰ ਲਓ ਕਿ ਸੱਤਾਂ ਦੇ ਨਾਲ ਹੀ ਮੈਂ ਮਰ ਗਿਆ ਤਾਂ ਵੀ ਤੁਸੀਂ ਪਾਉਗੇ ਕਿ ਇੱਕ ਨਵੀਂ ਸਮਝ ਦਾ ਜਨਮ ਹੋਇਆ ਲੇਕਿਨ ਜਿਹੜੇ ਲੋਕ ਜੀਵਨ ਦੇ ਅਨੁਭਵ ਤੋਂ ਜਾਣ ਕੇ ਮੁਰਦੇ ਵਾਂਗ ਹੋ ਜਾਂਦੇ ਐ ਉਹਨਾਂ ਦਾ ਕਹਿਣਾ ਕੀ ਤਦੋ ਜਿਉਂਦੇ ਹੈ ਜਿੱਥੇ ਤੁਸੀਂ ਜੀ ਰਹੇ ਹੋ ਤੁਹਾਡੇ ਵਰਗੇ ਹੀ ਜਿਉਂਦੇ ਹੈ ਸਾਰੇ ਕੰਮ ਕਰਦੇ ਹੈ ਜੋ ਜ਼ਰੂਰੀ ਹੁੰਦਾ ਹੈ ਉਹ ਹੁੰਦਾ ਹੈ ਪਰ ਫਿਰ ਉਹਨਾਂ ਦੇ ਜੀਵਨ ਚੋਂ ਤਾਵਲਾਪਨ ਨਹੀਂ ਰਹਿ ਜਾਂਦਾ ਲੋਭ ਕਾਮ ਕ੍ਰੋਧ ਉਹਨਾਂ ਦੇ ਜੀਵਨ ਚੋਂ ਖਤਮ ਹੋ ਜਾਂਦਾ ਹੈ ਕਿਉਂਕਿ ਲੋਭ ਕਾਮ ਕ੍ਰੋਧ ਤਾਂ ਜੀਵਨ ਦੀਆਂ ਛਾਵਾਂ ਦੇ ਹਿੱਸੇ ਹਨ ਜੀਵੇਸ਼ਨਾ ਲਸਟ ਫਾਰ ਲਾਈਫ ਉਹ ਜਿਹੜੀ ਜਿਉਣ ਦੀ ਇੱਛਾ ਹੈ ਉਹੀ ਤਾਂ ਲਾਭ ਉਹੀ ਤਾਂ ਲੋਭ ਕਾਮ ਕ੍ਰੋਧ ਬਣ ਗਈ ਹੈ ਹੁਣ ਤੁਸੀਂ ਆਪਣੇ ਵੱਲੋਂ ਮਰ ਰਹੇ ਆਪਣੀ ਮੌਤ ਨਾਲ ਹੀ ਮਰ ਰਹੇ ਤੱਕ ਜਿਹੜਾ ਲੋਭ ਕਜੇਹਾ ਕੰਮ ਕੁਝ ਕਰਨਾ ਨਹੀਂ ਪੈਂਦਾ ਉਹ ਆਪਣੇ ਆਪ ਹੀ ਗੁੰਮ ਹੋ ਜਾਂਦੇ ਇਸ ਲਈ ਇਹਨੂੰ ਮੈਂ ਕਹਿੰਨਾ ਕੁੰਜੀ ਸਿਵ ਬਹੇ ਤੇ ਉਭਰੇ ਜੀਵਤ ਤੇ ਲੂਟੇ ਇੱਕ ਇੱਕ ਸੂ ਮਿਲੀ ਰਹਾ ਤਨਹੀ ਸੱਚ ਪਾਇਆ ਤੇ ਜਿਹੜੇ ਬਾਹਰ ਦੇ ਜਗਤ ਲਈ ਮਰ ਗਿਆ ਉਹ ਅੰਦਰ ਦੇ ਜਗਤ ਲਈ ਜਾਗ ਗਿਆ ਜਿਹੜਾ ਬਾਹਰ ਦੇ ਜਗਤ 'ਚ ਸੌਂ ਗਿਆ ਅੰਦਰ ਦੇ ਜਗਤ 'ਚ ਕਾਇਮ ਹੋ ਗਿਆ। ਉੱਥੇ ਜੋ ਮਿਲਣ ਹੋ ਰਿਹਾ ਉਹ ਮਿਲਣ ਹੈ ਕਿ ਇੱਕ ਦਾ ਇੱਕ ਨਾਲ। ਬਾਹਰ ਜੋ ਮਿਲਣ ਹੈ ਉਹ ਇੱਕ ਦਾ अनेक ਨਾਲ। ਅੰਦਰ ਜੋ ਮਿਲਣ ਹੈ ਉਹ ਇੱਕ ਦਾ ਇੱਕ ਨਾਲ। ਇੱਕ ਇੱਕ ਸੂ ਮਿਲੀ ਰਹਿਤ ਨਹੀਂ ਸੱਚ ਪਾਇਆ ਤੇ ਅਨੇਕ ਝੂਠ ਹਨ। ਜਿਸ ਤਰ੍ਹਾਂ ਅਨੇਕ ਲਹਿਰਾਂ ਸਾਗਰ ਦੀਆਂ ਝੂਟੀਆਂ ਹਨ। ਇੱਕ ਸਾਗਰ ਸੱਚ ਹੈ ਲਹਿਰਾਂ ਬਣਨ ਗਿਆ ਮਿਟਣ ਗਿਆ ਸਾਗਰ ਰਹੇਗਾ ਜਿਹੜਾ ਸਦਾ ਰਹੇ ਉਹੀ ਸੱਚ ਹੈ ਜਿਹੜਾ ਬਣੇ ਤੇ ਮਿਟੇ ਉਹ ਸੁਪਨਾ ਹੈ ਅਨੇਕ ਅਸੱਤਿ ਹਨੇ ਕੀ ਸੱਤ ਹੈ ਇੱਕ ਇੱਕ ਸੂ ਮਿਲੀ ਰਿਹਾ ਤੇ ਨਹੀਂ ਸੱਚ ਪਾਇਆ ਜਿਹੜਾ ਇੱਕ ਮਿਲ ਗਿਆ ਉਹਨੇ ਸੱਤਿ ਪਾ ਲਿਆ ਪ੍ਰੇਮ ਮਗਨ ਲੋਲਿਨਮ ਮਨ ਸੋ ਬਾਹਰ ਬਹਰ ਨਾ ਆਇਆ ਤੇ ਉੱਥੇ ਜਿਹੜੀ ਘਟਨਾ ਘਟਦੀ ਹੈ ਉਹ ਬਹੁਤ ਔਖੀ ਹੈ ਪ੍ਰੇਮੀ ਪ੍ਰੇਮ ਪਾਤਰ ਦੋਨੋਂ ਹੀ ਉੱਥੇ ਮਿਟ ਜਾਂਦੇ ਆਂ ਪ੍ਰੇਮੀ ਬਾਕੀ ਰਹਿ ਜਾਂਦਾ ਹੈ ਜਦ ਪ੍ਰੇਮੀ ਮਿਲਦਾ ਹੈ ਇਸ ਸੰਸਾਰ ਵਿੱਚ ਵੀ ਬਾਹਰ ਕਿਸੇ ਪ੍ਰੇਮ ਪਾਤਰ ਨਾਲ ਤਾਂ ਦੋ ਹੁੰਦੇ ਹਨ ਤੇ ਫਿਰ ਜੀਵਨ ਭਰ ਹੀ ਤਾਂ ਕੋਸ਼ਿਸ਼ ਹੁੰਦੀ ਹੈ ਕਿਸੇ ਇੱਕ ਤਰ੍ਹਾਂ ਕਿਸੇ ਤਰ੍ਹਾਂ ਹੀ ਖੋ ਜਾਈਏ ਨਹੀਂ ਹੋ ਪਾਉਂਦੇ ਇਸ ਲਈ ਜੀਵਨ ਚ ਦੁੱਖ ਤੇ ਪੀੜਾ ਹੁੰਦੀ ਹੈ ਉਹ ਹੋ ਹੀ ਨਹੀਂ ਸਕਦਾ ਬਾਹਰ ਇਹ ਖੋਣ ਦਾ ਕੋਈ ਉਪਾਅ ਨਹੀਂ ਕਿੰਨੀ ਕੋਸ਼ਿਸ਼ ਕਰੋ ਨਹੀਂ ਅਸਫਲਤਾ ਹੱਥ ਲੱਗਦੀ ਹੈ ਇਸ ਲਈ ਪ੍ਰੇਮੀ ਬਹੁਤ ਦੁਖੀ ਹੋ ਜਾਂਦੇ ਆ ਉਹਨਾਂ ਦੀ ਇੱਛਾ ਤਾਂ ਸੱਚ ਹੈ ਜਿੱਥੇ ਉਹ ਇੱਛਾ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਉਹ ਥਾਂ ਗਲਤ ਹੈ ਉਹ ਇੱਛਾ ਅੰਦਰ ਤ੍ਰਿਪਤ ਹੋਏਗੀ ਉਹਨਾਂ ਦੀ ਪਿਆਸ ਤਾਂ ਸਹੀ ਹੈ ਪਰ ਜਿਸ ਸਰੋਵਰ ਉੱਤੇ ਉਹ ਬੈਠੇ ਹੈ ਉਹ ਸੁੱਕਾ ਹੈ ਉੱਥੇ ਪਾਣੀ ਨਹੀਂ ਹੈ ਜਿਵੇਂ ਕੋਈ ਅੰਦਰ ਆਇਆ ਉੱਥੇ ਝਟਪਟ ਜਿਵੇਂ ਇੱਕ ਜੋਤੀ ਆਏ ਦੂਜੀ ਜੋਤ ਨਾਲ ਮਿਲ ਕੇ ਇੱਕ ਹੋ ਜਾਏ ਦੋ ਦੀਵਿਆਂ ਦੀ ਜੋਤ ਨੂੰ ਕੋਲ ਰੱਖੋ ਦੀਵੇ ਤਾਂ ਦੋ ਹੀ ਰਹਿਣਗੇ ਜੋਤਾਂ ਇੱਕ ਹੋ ਜਾਂਦੀਆਂ ਦੀਵੇ ਤਾਂ ਕਿਵੇਂ ਹੀ ਖੋ ਸਕਦੇ ਆ دیਵਤਾ अनेका ਦੀ ਦੁਨੀਆ ਦਾ ਹਿੱਸਾ ਹੈ ਸਰੀਰ ਦੀਵੇ ਮਿੱਟੀ ਦਾ ਉਹਦੇ ਅੰਦਰ ਆਤਮਾ ਦੀ ਜੋਤ ਜਗਦੀ ਹੈ ਤੁਸੀਂ ਦੀਵਿਆਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਬਹੁਤ ਮੁਸ਼ਕਲ ਚ ਰਹੋਗੇ ਅਰਚਨ ਹੱਥ ਆਏਗੀ ਅਸਫਲਤਾ ਅੰਤ ਵਿੱਚ ਵਿਸ਼ਾਦ ਸੰਤਾਪ ਚਿੰਤਾ ਰੋਗ ਲੇਕਿਨ ਤੁਸੀਂ ਕਦੀ ਤੰਦਰੁਸਤ ਨਹੀਂ ਹੋ ਸਕੋਗੇ ਜੋਤ ਮਿਲ ਸਕਦੀ ਹੈ ਕਿਉਂਕਿ ਜੋਤ ਨਿਰਾਕਾਰ ਹੈ ਇੱਕ ਜੋਤੀ ਦੂਜੀ ਜੋਤ ਦੇ ਆਕਾਰ ਨਾਲ ਟਕਰਾਉਂਦੀ ਨਹੀਂ ਹੈ ਆਕਾਰ ਹੈ ਨਹੀਂ ਇੱਕ ਜੋਤ ਦੂਜੀ ਜੋਤ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦੀ ਹੈ ਜਿਵੇਂ ਉਹ ਸਦਾ ਤੋਂ ਇੱਕ ਸੀ ਤੁਸੀਂ ਫਰਕ ਵੀ ਨਹੀਂ ਕਰ ਸਕੋਗੇ ਗੰਗਾ ਤੇ ਜਮਨਾ ਵੀ ਮਿਲਦੀਆਂ ਤੁਸੀਂ ਫਰਕ ਕਰ ਸਕਦੇ ਹੋ ਕਿ ਇਹ ਰਹੀ ਗੰਗਾ ਇਹ ਰਹੀ ਜਮਨਾ ਅਲੱਗ-ਅਲੱਗ ਪਰ ਜਦ ਦੋ ਜੋਤਾਂ ਇੱਕ ਦੂਜੇ 'ਚ ਮਿਲਦੀਆਂ ਤਾਂ ਤੁਸੀਂ ਕੋਈ ਫਰਕ ਨਹੀਂ ਕਰ पाओगे ਅੰਤਰ ਜੋਤੀ ਜਦ ਤੁਸੀਂ ਅੰਦਰ ਜਾਂਦੇ ਹੋ ਅਚਾਨਕ ਅਚਾਨਕ ਇੱਕ ਲਪਕ ਤੇ ਸਿਰਫ ਇੱਕ ਬਚਿਆ ਉਥੇ ਨਾ ਪ੍ਰੇਮੀ ਆ ਨਾ ਪ੍ਰੇਮਿਕਾ ਨਾ ਭਗਤ ਹੈ ਨਾ ਭਗਵਾਨ ਹੈ ਸਿਰਫ ਪ੍ਰੇਮ ਹੀ ਬਚਿਆ ਊਰਜਾ ਬਚੀ ਜੋਤੀ ਬਚੀ ਪ੍ਰੇਮ ਮਗਨ ਲੋਲੀਨ ਮਨ ਸੋ ਬੋਹਰ ਨ ਆਇਆ ਤੇ ਜਿਹੜਾ ਜੇ ਪ੍ਰੇਮ ਚ ਮਗਨ ਹੋ ਗਿਆ ਫਿਰ ਦੁਬਾਰਾ ਨਹੀਂ ਆਉਂਦਾ ਉਹਦੇ ਆਉਣ ਦੀ ਕੋਈ ਜ਼ਰੂਰਤ ਨਹੀਂ ਰਹੀ ਉਹਦਾ ਪਾਠ ਪੂਰਾ ਹੋ ਗਿਆ ਕਹ ਕਬੀਰ ਨਿਚਲ ਭਇਆ ਨਿਰਭੈ ਪਦ ਪਾਇਆ ਤੇ ਜਿਹੜਾ ਅਜੇ ਅੰਤਮ ਚ ਪ੍ਰਵੇਸ਼ ਕਰ ਗਿਆ ਉਹਦੀ ਜੋਤ ਥਿਰ ਹੋ ਗਈ ਹੁਣ ਉਸ ਚ ਕੋਈ ਕੰਪਨ ਨਹੀਂ ਨਿਸ਼ਚਲ ਕੋਈ ਹਵਾ ਦੇ ਬੁੱਲੇ ਹੁਣ ਉਹਨੂੰ ਕੰਬਾਉਦੇ ਨਹੀਂ ਕਿਉਂਕਿ ਅੰਦਰ ਕੋਈ ਹਵਾ ਦੇ ਬੁੱਲੇ ਪੁੱਜਦੇ ਹੀ ਨਹੀਂ ਜਦ ਤੱਕ ਤੁਸੀਂ ਬਾਹਰ ਹੋ ਤਦ ਤੱਕ ਤੁਸੀਂ ਕੰਬਦੇ ਰਹੋਗੇ ਉੱਥੇ ਹਜ਼ਾਰ ਤੂਫਾਨ ਚੱਲ ਰਹੇ ਆ ਪਰ ਜਦ ਤੁਸੀਂ ਅੰਦਰ ਆਪਣੇ ਘਰ ਚ ਪਰਤ ਆਏ ਉੱਥੇ ਕੋਈ ਤੂਫਾਨ ਕਦੇ ਨਹੀਂ ਪੁੱਜਦਾ ਉੱਥੇ ਨਿਸ਼ਚਲ ਕਹੇ ਕਬੀਰ ਨਿਸ਼ਚਲ ਭਇਆ ਨਿਰਭੈ ਪਦ ਪਾਇਆ ਜਦ ਚੇਤਨਾ ਨਿਸ਼ਚਲ ਹੁੰਦੀ ਹੈ ਤਦ ਹੀ ਨਿਰਭੈ ਹੁੰਦੀ ਹੈ ਉਸ ਤੋਂ ਪਹਿਲਾਂ ਨਿਰਭੈ ਹੋ ਨਹੀਂ ਸਕਦੀ ਭੈ ਨਾਲ ਕੰਬਦੀ ਰਹਿੰਦੀ ਹੈ ਸੰਸਾ ਤਾਂ ਦਿਨ ਦਾ ਗਿਆ ਸਤਗੁਰੂ ਸਮਝਾਇਆ ਕਬੀਰ ਕਹਿੰਦੇ ਜਿਸ ਦਿਨ ਸਤਗੁਰੂ ਨੇ ਇਹ ਗੱਲ ਸਮਝਾ ਦਿੱਤੀ ਇਹ ਕੁੰਜੀ ਫੜਾ ਦਿੱਤੀ ਉਸੇ ਦਿਨ ਸਾਰੀ ਸ਼ੰਕਾ ਮਿਟ ਗਈ ਉਸੇ ਦਿਨ ਸਾਰੇ ਮਨ ਦੇ ਸ਼ੱਕ ਮੁੱਕ ਗਏ لیکن سمجھ بہت ਔਖੀ ہے بدھی ਦੀ سمجھ ਦਾ ਨਾਮ ਸਮਝ ਨਹੀਂ ਤੁਸੀਂ ਸਮਝ ਰਹੇ ਹੋ ਜੋ ਮੈਂ ਸਮਝਾ ਰਿਹਾ ਇਸ 'ਚ ਕੋਈ ਅਰਚਣ ਨਹੀਂ ਹੈ ਪਰ ਇਹਦੇ ਨਾਲ ਤੁਹਾਡਾ ਸ਼ੱਕ ਨਹੀਂ ਮਿٹےਗਾ ਹੁਣ ਕਹੇਗੀ ਠੀਕ ਹੈ ਘੜੀ ਦੇ ਪਿੱਛੋਂ ہزار ਸੰਸੇ ਖੜੇ ਕਰ ਦੇਗੀ ਕਿਉਂਕਿ ਬੁੱਧੀ ਦੀ ਸਮਝ ਅਸਲੀ ਸਮਝ ਨਹੀਂ ਜਦ ਤੁਸੀਂ ਆਪਣੇ ਤਨ ਪ੍ਰਾਣ ਨਾਲ ਆਪਣੇ ਸਮਗਰਤਾ ਨਾਲ ਸਮਝੋਗੇ ਤਦੇ ਸਤਿਗੁਰੂ ਦੇ ਸਮਝਾਉਣ ਨਾਲ ਨਹੀਂ ਤੁਹਾਡੀ ਸਮਗਰਤਾ ਦੀ ਸਮਝ ਨਾਲ ਸਤਗੁਰੂ ਤਾਂ ਸਮਝਾਉਂਦੇ ਰਹੇ ਹਨ ਤੇ ਤੁਸੀਂ ਪਤਾ ਨਹੀਂ ਕਿੰਨੇ ਸਤਗੁਰੂਆਂ ਨੂੰ ਪਾਰ ਕਰ ਰਹੇ ਹੋ ਸਮਝੇ ਨਹੀਂ ਤੁਹਾਡੀ ਸਮਗਰਤਾ ਨਾਲ ਪ੍ਰਾਣ ਪ੍ਰਣ ਨਾਲ ਤੁਹਾਡੇ ਪੂਰੇ ਅਸਤਿੱਤਵ ਨਾਲ ਜਦ ਤੁਸੀਂ ਸਮਝੋਗੇ ਸੰਸਾ ਤਾਂ ਦਿਨ ਕਾ ਗਿਆ ਸਤਗੁਰੂ ਸਮਝਾਇਆ ਸਮਝਾਉਣ ਨੂੰ ਕੁਝ ਵੀ ਹੈ ਨਹੀਂ ਨਿੱਕੀ ਜੀ ਗੱਲ ਹੈ ਕਸਤੂਰੀ ਕੁੰਡਲ ਬਸ ਹੈ ਧੰਨਵਾਦ